ਹਰ ਮੰਨੂ ਤਾਂ ਹੀ ਲੜਦੇ ਨਹੀਂ ਚਾਰੇ ਜਾਣੇ ਚੁੱਕਣ ਤੋਂ ਬਾਥਰੂਮ ਜਾਣ ਲੱਗੇ ਇਹਨੂੰ ਖੁਦ ਹੀ ਪੁੱਛੋ ਇਹ ਕੀ ਕਰਦੇ ਹੁੰਦੇ ਪਰ ਮੈਂ ਦੱਸਦਾ ਇਹਨਾਂ ਨੇ ਸਾਡੇ ਨਾਲ ਬੜੀ ਵੱਡੀ ਚਾਲ ਖੇਡੀ ਇਹ ਆ ਗਈ ਕਿਉਂਕਿ ਕਬਲ ਨੂੰ ਮੈਂ ਕਿੰਨਾ ਖੜਾਇਆ ਮਤਲਬ ਕਿੰਨਾ ਛੋਟਾ ਜਿਹਾ ਹੁੰਦਾ ਸੀ ਸ਼ੇਰਾ ਕਬਲ ਵਿੱਕੀ ਇਹ ਤੇ ਮਤਲਬ ਕਿ ਤੁਹਾਡੇ ਹੱਥਾਂ 'ਚ ਹੀ ਪਲੇ ਆ ਤੁਹਾਡੇ ਹੱਥਾਂ 'ਚ ਹੀ ਵਿਆਹੇ ਗਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਾਇਸ ਤੁਸੀਂ ਕਦੀ ਸੋਚਿਆ ਕਿ ਕੈਰਮ ਵਰਲਡ ਕ੍ਰਿਕਟ ਚੈਂਪੀਅਨਸ਼ਿਪ ਤੇ ਪੋਕਰ ਵਰਗੀਆਂ ਗੇਮਾਂ ਖੇਡ ਕੇ ਵੀ ਤੁਸੀਂ ਕਦੀ ਪੈਸਾ ਕਮਾ ਸਕਦੇ ਆ ਮੈਂ ਤੁਹਾਨੂੰ ਇੱਕ ਇਹੋ ਜਿਹੀ ਐਪ ਦੇ ਬਾਰੇ ਦੱਸਣ ਜਾ ਰਿਹਾ ਹਾਂ ਜਿਹਦੇ ਵਿੱਚ ਭਾਰਤ ਦੇ 3 ਕਰੋੜ ਤੋਂ ਵੀ ਜ਼ਿਆਦਾ ਲੋਕ ਰੋਜ਼ ਹੀ ਗੇਮ ਖੇਡ ਕੇ ਕਰੋੜਾਂ ਰੁਪਏ ਦਾ ਇਨਾਮ ਜਿੱਤ ਰਹੇ ਆ ਇਸ ਐਪ ਦਾ ਨਾਮ ਆ ਜੀ ਵਿੰਜ਼ੋ ਇਹਦੇ ਵਿੱਚ 70 ਤੋਂ ਵੀ ਜ਼ਿਆਦਾ ਗੇਮਸ ਨੇ ਤੇ ਤੁਸੀਂ ਰੋਜ਼ ਹੀ ਕਰੋੜਾਂ ਦਾ ਇਨਾਮ ਜਿੱਤ ਸਕਦੇ ਹੋ ਆਪਣੇ ਗੇਮਸ ਦੇ ਸਕਿੱਲਸ ਤੇ ਔਰ ਜਿੱਤੇ ਹੋਏ ਪੈਸੇ ਆ ਜਿਹੜੇ ਤੁਸੀਂ ਇੱਕ ਕਲਿੱਕ ਦੇ ਨਾਲ ਹੀ ਤੁਸੀਂ ਆਪਣੇ ਉਹਨੂੰ Paytm UPI ਤੇ ਬੈਂਕ ਟ੍ਰਾਂਸਫਰ ਦੇ ਨਾਲ ਹੀ ਇਮੀਡੀਏਟਲੀ ਤੁਸੀਂ ਉਹਦੇ ਕੱਢ ਸਕਦੇ ਆ ਦੇਖੋ ਮੈਂ ਹੁਣ ਇੱਕ ਗੇਮ ਖੇਡ ਕੇ ਦਿਖਾਣਾ ਆ ਤੇ ਮੈਂ ਦੇਖੋ ਜੀ ਸਬਵੇ ਸਰਫਸ ਖੇਡਣ ਦਿਆ ਵਾਂ ਤੇ ਦੇਖ ਲਓ ਖੇਡਦੇ ਖੇਡਦੇ ਮੈਂ ਇੱਕ ਵਾਰੀ ਜੀ 20000 ਰੁਪਏ ਜਿੱਤ ਲਿਆ ਮੈਂ ਤੇ ਖੇਡਦਾ ਜੀ ਰੋਜ਼ ਤੇ ਤੁਹਾਨੂੰ ਕਿਸ ਗੱਲ ਦਾ ਇੰਤਜ਼ਾਰ ਆ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਜੀ ਇਹਨੂੰ ਐਪ ਨੂੰ ਡਾਊਨਲੋਡ ਕਰੋ ਤੇ ਮੇਰੇ ਵੱਲੋਂ ਤੁਹਾਨੂੰ ਮਿਲੂਗਾ 50 ਰੁਪਏ ਦਾ ਬੋਨਸ ਪਹਿਲੀ ਵਾਰੀ ਕੈਸ਼ ਐਡ ਕਰਨ ਤੇ ਤੁਹਾਨੂੰ ਮਿਲੂਗਾ ਜੀ 100% ਕੈਸ਼ਬੈਕ ਤੇ ਮਤਲਬ ਕਿ 100 ਰੁਪਿਆ ਪਾਓ ਤੇ 200 ਰੁਪਏ ਦੀਆਂ ਗੇਮਾਂ ਖੇਡੋ ਤੇ ਮਿਲਦੇ ਆ ਜੀ ਤੁਹਾਨੂੰ ਵਿੰਜ਼ੋ ਐਪ ਤੇ ਕੀ ਪਤਾ ਤੁਹਾਡਾ ਓਪੋਨੈਂਟ ਮੈਂ ਹੀ ਆਜਮਾ ਕਿਉਂਕਿ ਜਿੱਤਣ 'ਚ ਹੀ ਕਿੱਕ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਜੀ ਸਾਰਿਆਂ ਦਾ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅੱਜ ਸਾਡੇ ਕੋਲ ਬਹੁਤ ਹੀ ਸਪੈਸ਼ਲ ਗੈਸਟ ਆਏ ਹੋਏ ਆ ਜੀ ਘਰੇ ਇਹ ਵਿੱਕੀ ਭਾਜੀ ਪ੍ਰੀਤੀ ਭਾਬੀ ਮੇਰੇ ਨਾਨੀ ਜੀ ਮੇਰੇ ਮਾਸੀ ਜੀ ਤੇ ਉਹ ਬੈਠੇ ਸਾਰੇ ਜਣੇ ਗੱਲਾਂ ਬਾਤਾਂ ਕਰਾਂਦੇ ਆ ਤੇ ਮੇਰਾ ਇਰਾਦਾ ਹੈਗਾ ਵੀ ਜਿਹੜੀਆਂ ਉਹ ਗੱਲਾਂ ਕਰਦੇ ਪਏ ਉਹ ਤੁਹਾਡੇ ਸਾਰਿਆਂ ਨਾਲ ਮੈਂ ਸਾਂਝੀਆਂ ਕਰਾਂ ਕਿਉਂਕਿ ਉਹ ਗੱਲਾਂ ਇਹੋ ਜਿਹੀਆਂ ਵਾ ਵੀ ਤੁਹਾਨੂੰ ਵੀ ਸੁਣ ਕੇ ਬਹੁਤ ਮਤਲਬ ਕਿ ਖੁਸ਼ੀ ਹੋਣੀ ਆ ਬਹੁਤ ਹੀ ਮਜ਼ਾ ਆਉਣਾ ਵਾ ਤੁਹਾਨੂੰ ਉਹ ਸੁਣ ਕੇ ਗੱਲਾਂ ਬਾਤਾਂ ਉਹ ਬਹੁਤ ਹੀ ਇੰਟਰਸਟਿੰਗ ਗੱਲਾਂ ਵਾ ਬਲੌਗ ਸਾਰਾ ਐਂਡ ਤੱਕ ਦੇਖਿਓ ਬਹੁਤ ਹੀ ਘੈਂਟ ਗੱਲਾਂ ਹੋਣ ਵਾਲੀਆਂ ਵਾ ਮਜ਼ਾ ਆਊਗਾ ਮੇਰੇ ਦੇ ਛੱਡ ਦਿਓ ਤੁਸੀਂ ਬਾਕੀ ਗੱਲ ਜੇ ਸੁਣਿਓ ਗੱਲਾਂ ਬਹੁਤ ਹੀ ਧਿਆਨ ਨਾਲ ਸੁਣਨ ਵਾਲੀਆਂ ਸਾਰੀਆਂ ਬਾਕੀ ਚਲੋ ਮੈਂ ਤੁਹਾਨੂੰ ਉੱਥੇ ਜਾ ਕੇ ਮਿਲਾਉਣਾ ਦਿਖਾਉਣਾ ਵਾ ਕਿੱਦਾਂ ਗੱਲਾਂ ਬਾਤਾਂ ਕਰਦੇ ਸਾਰਿਆਂ ਨੇ ਰੌਣਕ ਲਾਈ ਹੋਈ ਆ ਰਾਤ ਦੇ ਤੁਸੀਂ ਹਿਸਾਬ ਲੈ ਲਓ 12 ਵੱਜ ਗਏ ਆ ਤੇ ਹਜੇ ਤੱਕ ਨੌਨ ਸਟਾਪ ਐਨਰਜੀ ਟਿਕ 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 ਹਟਣੀ ਹੀ ਨਹੀਂ ਦੇਈ ਬੋਲੀ ਜਾਂਦੇ ਬੋਲੀ ਜਾਂਦੇ ਬੋਲੀ ਜਾਂਦੇ ਤੇ ਮੈਂ ਕਿਹਾ ਚਲੋ ਤੁਹਾਨੂੰ ਫਿਰ ਮਿਲਾ ਕੇ ਲਿਆਉਣਾ ਮੈਂ ਆਜੋ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਨਹੀਂ ਹਟਦੇ ਟਾਈਮ 12 ਵੱਜ ਗਏ ਆ ਤੇ ਹੈਲੋ ਕਰ ਦਿਓ ਸਾਰਿਆਂ ਨੂੰ ਇੱਧਰ ਹਾਂਜੀ ਹੈਲੋ ਤੇ ਸ਼ਮੂ ਜੀ ਇੱਧਰ ਚਾਚੀ ਜੀ ਬੀਜੀ ਤੰਨੂ ਜੀ ਮਾਸੀ ਜੀ ਤੇ ਖਾਵਾਂਗੇ ਤੇ ਗੱਲਾਂ ਬਾਤਾਂ ਤਾਂ ਹੋਣੀਆਂ ਆਪਾਂ ਠੀਕ ਆ ਸਾਰੀਆਂ ਗੱਲਾਂ ਬਾਤਾਂ ਤਾਂ ਅੱਗੇ ਕਰਦੇ ਆਪਾਂ ਬਸ ਤੇ ਚਲੋ ਫੇ ਬਲੌਗ ਕਰਦੇ ਆ ਸਟਾਰਟ ਤੇ ਬਲੌਗ ਹੁਣ ਆਪਾਂ ਇਹਨਾਂ ਨੂੰ ਪੁੱਛੀਏ ਇਹ ਗੱਲਾਂ ਬਾਤਾਂ ਕਿਹੜੀਆਂ ਕਰ ਰਹੇ ਹਾਂਜੀ ਦੱਸੋ ਜੀ ਗੱਲਾਂ ਬਾਤਾਂ ਕੀ ਕਰ ਰਹੇ ਗੱਲਾਂ ਬਾਤਾਂ ਹੁੰਦੀਆਂ ਸੀ ਮੇਰੇ ਬਚਪਨ ਦੀਆਂ ਸਾਡੇ ਬਚਪਨ ਦੀਆਂ ਗੱਲਾਂ ਬਾਤਾਂ ਮੈਂ ਇਹਦੇ ਨਾਲ ਇਹ ਕਰਨ ਲਈ ਕਿ ਇਹਨੇ ਮੇਰੇ ਕੋ ਬਹੁਤ ਕੁੱਟ ਖਾਦੀ ਛੋਟੇ ਹੁੰਦੇ ਨੇ ਸਹੀ ਗੱਲ ਹੈ ਤੇ ਕਿਉਂਕਿ ਛੋਟਾ ਹੁੰਦਾ ਇਹ ਜਦੋਂ ਵਿੱਕੀ ਦਾ ਬਰਥ ਹੋਇਆ ਸੀ ਉਸ ਤੋਂ ਮਤਲਬ ਜਲਦੀ ਬਾਅਦ ਹੀ ਲੈਂਦਾ ਸੀ ਆਪਣੇ ਕੋਲ ਮੇਰਾ ਉਦੋਂ ਵਿਆਹ ਨਹੀਂ ਸੀ ਹੋਇਆ ਮੈਂ ਕੁਆਰੀ ਹੁੰਦੀ ਸੀਗੀ ਤੇ ਇਹਨੂੰ ਅਸੀਂ ਆਪਣੇ ਕੋਲ ਹੀ ਰੱਖਿਆ ਅਸੀਂ ਪਾਲਿਆ ਪੋਛਿਆ ਜਿੱਦਾਂ ਭੈਣ ਜੀ ਆਪਣੇ ਵੀ ਸਹੁਰੇ ਸੀਗੇ ਤੇ ਭੈਣ ਜੀ ਹੁਣਾਂ ਕੋਲ ਅਸੀਂ ਆਪਣੇ ਕੋਲ ਇਹਨੂੰ ਰੱਖ ਲਿਆ ਸੀ ਤੇ ਅਸੀਂ ਇਹਨੂੰ मेरी मणी दे ब्रदर दी मणी दी सिस्टर रमन दी मैं रमन दीदी आपां चारे जाणे हुंदे सी ਤੇ ਮਾਸੀ ਜੀ ਹੁਣੀ ਸਾਡੀ ਕਲਾਸ ਲਾਉਂਦੇ ਹੁੰਦੇ ਸੀ ਕੁੱਟ ਵੀ ਬੜੀ ਖਾਦੀ ਆ ਮੇਰੀ ਗੱਲ ਸੁਣੀ ਕਿ ਜਦੋਂ ਮੈਂ ਉੱਥੇ ਆਉਣੀ ਸੀ ਤੁਹਾਨੂੰ ਮੇਰਾ ਨਹੀਂ ਸੀ ਚੇਤਾ ਹੁੰਦਾ ਆਉਂਦੀ ਰਹੀ ਆ ਮੈਂ ਛੋਟੀ ਹੁੰਦੀ ਸੀ ਹਾਂ ਪਰ ਪਤਾ ਹੀ ਨਹੀਂ ਜਦੋਂ ਮੈਂ ਉੱਥੇ ਆਉਣੀ ਹੁੰਦੀ ਸੀ ਤੁਹਾਨੂੰ ਪੂਰਾ ਚੇਤਾ ਵਾਪਰ ਮੈਨੂੰ ਕੋਈ ਚੇਤਾ ਨਹੀਂ ਹੈਗਾ ਮੈਨੂੰ ਪੂਰਾ ਚੇਤਾ ਦੇ ਤੁਹਾਨੂੰ ਆਪ ਚੇਤਾ ਮੰਨੀ ਦੇ ਨਾਲ ਐ ਤੈਨੂੰ ਦੇ ਚੇਤਾ ਹੋਣਾ ਹੀ ਆ ਨਹੀਂ ਸੱਚੀ ਨਹੀਂ ਮੇਰੇ ਚੇਤਾ ਇੱਥੇ ਤਾਂ ਦੇਰ ਵੀ ਹੁੰਦੀ ਤੇ ਤਾਂ ਨਹੀਂ ਸੀ ਚੇਤਾ ਬਾਕੀ ਇਹ ਆ ਗਈ ਕਿਉਂਕਿ ਕਬਲ ਨੂੰ ਮੈਂ ਕਿੰਨਾ ਖੜਾਇਆ ਮਤਲਬ ਕਿੰਨਾ ਛੋਟਾ ਜਿਹਾ ਹੁੰਦਾ ਹੀ ਖੇਰਾ ਕਬਲ ਵਿੱਕੀ ਇਹ ਤੇ ਮਤਲਬ ਕਿ ਤੁਹਾਡੇ ਹੱਥਾਂ 'ਚ ਹੀ ਪਲੇ ਗਏ ਤੇ ਤੁਹਾਡੇ ਹੱਥਾਂ 'ਚ ਹੀ ਵਿਆਹੇ ਗਏ ਮਤਲਬ ਜਮਾ ਫੇਰ ਤੋਂ ਜਮ ਨਹੀਂ ਸ਼ਾਮ ਕਿਉਂਕਿ ਛੋਟੇ ਛੋਟੇ ਬੱਚੇ ਜਿੱਦਾਂ ਬਹੁਤ ਸ਼ੁਰੂ ਤੋਂ ਬੜਾ ਪਿਆਰ ਹੀ ਛੋਟੇ ਬੱਚਿਆਂ ਨਾਲ ਇੱਧਰ ਬਸ ਇਹਨਾਂ ਨੂੰ ਬੜਾ ਖੜਾਉਣਾ ਤੇ ਗਲਤੀ ਤੋਂ ਮਾਰਨਾ ਵੀ ਬੜਾ ਜਦੋਂ ਬੱਚਿਆਂ ਨੂੰ ਬੜਾ ਕੁੱਟ ਲਈਦਾ ਸੀ ਹੁਣ ਤੇ ਅੱਜ ਕੱਲ੍ਹ ਦੇ ਬੱਚੇ ਕੁੱਟ ਨਹੀਂ ਖਾਂਦੇ ਹੁਣ ਜਿੱਦਾਂ ਨਾਲ ਉਹ ਹਰਮਨ ਹੀ ਆ ਤੇ ਖਾ ਲਓ ਕੁੱਟ ਨਹੀਂ ਸਾਨੂੰ ਕਦੇ ਘੱਟ ਹੀ ਪਈਆਂ ਇੰਨੀਆਂ ਨਹੀਂ ਪਈਆਂ ਸਾਨੂੰ बाकी
चुक के ना निकल बूटा पर मैं दसदा इन्होंने साडे नाल बड़ी वड्डी चाल खेडी ओह पहला जदों फेरा पवाउण जांदे हुंदे आ ना ते सानू फेरा तां पवा के आ गए ही सानू कहिंदे कि इदां करो तुसीं छेती छेती तैयार हो जाओ रोण वास्ते चुप कराउणा ही बस इन्होंने ते असीं की होया कि असीं तैयार होण लग पए वी चलो नाल लै के जाणगे बाद च की होया कि कल्ला सेरा ही गया नाल इन्हां दे बाकी असीं ते तिन्ने जाणे घरे रह गए रोंदे तैयार तैयार हो गए वी मेरा बहुत ज्यादा प्यार मेरा मन जिदा लगा रहना बचपन ही ना बड़िया वधिया बड़ा वधिया ही उदों टाइम भी बड़ा वधिया ही अहीं ए नहीं कि अहीं बस कोठी खाने सारे जने कट्ठे खेडदे भी हुंदे सी मैं मासी जी मेरे छोटे मामा जी लागे ही साडे नानी जी दे ना भैण आ उन्हां दे भी बच्चे सारे साडे इधर आ गए अहीं अड्डी रात नूं लोकां नूं मचाई कोटला छपाकी कहिंदे बहुत खेडदे सी बड़ियां गेमां खेडदे सी घर दे विच क्योंकि नानके घर वेहड़ा बहुत वड्डा सी ते वड्डा ही वधिया रात नूं गेम भी खेडनी दिने कुट भी खानी ते रात नूं गेम भी खेडनी नहीं पर कुटना मैं एकदम नहीं कुटदी हुंदी कि इहनां नूं मैं कुटदी रहिंदी सी किते इह वी दा मतलब सोच लिओ मतलब पता की इक तां पढ़दे नहीं सी जदों पड़ा इहनां नूं मेरा तो सिरे तो दाल लगे ही ना कि अहीं किद्दां निकलीए अहीं दाल बहाना ला के चल गए कि आपां बाथरूम कर आईए बाथरूम गए घर तो दोवे जाने वेखण पतंगा लटे सानू पता लगे नहीं कि डंडा लाके किहड़े वेले आ गए पर आपां जिन्ना चिर पढ़े आ ना आपां जिहड़ी भी जिन्नियां क्लासां कीतियां हर क्लास दे विच फर्स्ट सेकंड जां थर्ड आउंदे ही रहे आ इनाम अहीं घर लैके आउणा ही आउणा चारां ने कोई ना कोई ते उह तों बाद विच साल दे एंड च रिजल्ट ते पता लगदा हुंदा सी कि ਜਿਹੜਾ ਇਹਨਾਂ ਨੇ ਪੜਾਇਆ ਜਿਹੜੀ ਕੁੱਟ ਖਾਧੀ ਆ ਉਹਦਾ ਮੁੱਲ ਕਿੰਨਾ ਪਿਆ ਆ ਪਰ ਹੁਣ ਵੀ ਹੁਣ ਯਾਦ ਕਰਦੇ ਆ ਕਿ ਵਧੀਆ ਰਹੇ ਆ ਫਿਰ ਵੀ ਜਿੰਨਾ ਪੜੇ ਆ ਬਹੁਤ ਵਧੀਆ ਪੜਾਈ ਕੀਤੀ ਛੋਟੇ ਮਾਮਾ ਜੀ ਜਿਹੜੇ ਸਾਡੇ ਬਹੁਤ ਜ਼ਿਆਦਾ ਸਰਾਰਤੀ ਆ ਉਹਨਾਂ ਦਾ ਦੱਸਣ ਦੇ ਸੀ ਬੀ ਜੀ ਕਿ ਉਹਨਾਂ ਨੇ ਕਿੱਦਾਂ ਕੀਤਾ ਬਾਕੀ ਚਲੋ ਬਹੁਤ ਵਧੀਆ ਰਿਹਾ ਬਚਪਨ ਹੁਣ ਵੀ ਇਕੱਠੇ ਆ ਤੇ ਬਾਅਦ ਚ ਵਿਆਹ ਹੋ ਗਿਆ ਫਿਰ ਹਰਮਨ ਤਨੂ ਹੋਏ ਬਾਅਦ ਚ ਹਰਮਨ ਤਨੂ ਹੋਣਾ ਨਾਲ ਪਿਆਰ ਪੈ ਗਿਆ ਫਿਰ ਵੀ ਅਸੀਂ ਜਦੋਂ ਇਹ ਪਿੰਡ ਆਉਂਦੇ ਹੁੰਦੇ ਸੀ ਸਾਨੂੰ ਇੰਨੀ ਵੇਟ ਰਹਿੰਦੀ ਹੁੰਦੀ ਸਵੇਰ ਤੋਂ ਪਤਾ ਲੱਗ ਜਾਣਾ ਕਿ ਅੱਜ ਮਾਸੀ ਜੀ ਨੇ ਆਉਣਾ ਅਸੀਂ ਚੱਲ ਕਦੀ ਸੜਕ ਤੇ ਬੱਸ ਵੇਖ ਕਦੀ ਘਰ ਸੜਕ ਤੇ ਬੱਸ ਵੇਖ ਸਵੇਰੇ ਬਨੇਰੇ ਤਿਆਰ ਹੋ ਜਾਣਾ ਨਾ ਕੇ ਕਿ ਅੱਜ ਇਹਨਾਂ ਨੇ ਆਉਣਾ ਆ ਬੜਾ ਖੜਾਇਆ ਹਰਮਨ ਨੂੰ ਵੀ ਤੇ ਬਾਅਦ ਚ ਤਨੂ ਨੂੰ ਵੀ ਇਹਨਾਂ ਨਾਲ ਵੀ ਬੜਾ ਪ੍ਰੇਮ ਸੀ ਹਰਮਨ ਨੂੰ ਤਾਂ ਅਸੀਂ ਲੜਦੇ ਹੁੰਦੇ ਸੀ ਚਾਰੇ ਜਾਣੇ ਚੁੱਕਣ ਤੋਂ ਤੇਰੇ ਨੇ ਕਹਿਣਾ ਮੈਂ ਚੁੱਕਣਾ ਰਮਨ ਦੀਦੀ ਨੇ ਕਹਿਣਾ ਮੈਂ ਚੁੱਕਣਾ ਮਣੀ ਨੇ ਕਹਿਣਾ ਮੈਂ ਚੁੱਕਣਾ ਮੈਂ ਕਹਿਣਾ ਮੈਂ ਚੁੱਕਣਾ ਇੰਨੀ ਇੰਨੀ ਡਿਮਾਂਡ ਹੁੰਦੀ ਮੇਰੀ ਮਤਲਬ ਡਿਮਾਂਡ ਹੀ ਸਹੀ ਆ ਬੜਾ ਲੜੇ ਤੈਨੂੰ ਤੈਨੂੰ ਇੰਨੀ ਜ਼ਿਆਦਾ ਮੋਟੀ ਹੁੰਦੀ ਸੀ ਕਿ ਉਹ ਕਿਸੇ ਕੋ ਚੁੱਕੀ ਨਹੀਂ ਸੀ ਮਤਲਬ ਕਿ ਤੈਨੂੰ ਦੀਆਂ ਫੋਟੋਆਂ
ਤੈਨੂੰ ਪਤਾ ਕਿਹਦੇ ਕਰਕੇ ਹੁੰਦੀ ਸੀ? ਤੈਨੂੰ ਹੁੰਦੀ ਸੀ ਖੁਸ਼ੀ ਤੋਂ ਵੀ ਜ਼ਿਆਦਾ ਮੋਟੀ ਹੁੰਦੀ ਸੀ ਤੈਨੂੰ। ਬਾਕੀ ਚਲੋ ਵਧੀਆ ਟਾਈਮ ਲੰਘ ਗਿਆ, ਅੱਗੇ ਵੀ ਵਧੀਆ ਟਾਈਮ ਸਪੈਂਡ ਕਰਦੇ ਪਏ ਸਾਰੇ ਜਾਣੇ, ਏਦਾਂ ਹੀ ਪਿਆਰ ਬਣਿਆ ਰਹੇ ਸਾਰਿਆਂ ਦਾ। ਪ੍ਰੀਤੀ ਵੀ ਛੋਟੀ ਜਿਹੀ ਹੁੰਦੀ 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 ਸੀ ਤੇ ਇੰਨਾ ਪਤਾ ਹੀ ਨਹੀਂ ਸੀ ਵੀ ਇਹ ਸਾਡੀ ਨੌਂ ਵਾਰੀ ਪੈਣੀ ਆ, ਸਾਨੂੰ ਪਤਾ ਹੀ ਨਹੀਂ ਸੀਗਾ। ਕਿਉਂਕਿ ਵੱਡੀ ਭਾਬੀ ਦੀ ਭਤੀਜੀ ਆ, ਜਿੱਦਾਂ ਮਨੀ ਦੇ ਮਾਮੇ ਦੀ ਬੇਟੀ ਆ, ਤੇ ਇਸ ਕਰਕੇ ਮਤਲਬ ਵਿੱਚੇ ਵਿੱਚ ਅਸੀਂ ਰਿਸ਼ਤਾ ਕਰ ਲਿਆ, ਨਾ ਰਿਸ਼ਤੇਦਾਰੀ ਵਿੱਚ ਹੀ ਰਿਸ਼ਤਾ ਕਰ ਲਿਆ, ਤੇ ਪਤਾ ਹੀ ਨਹੀਂ ਸੀ ਵੀ ਇਸੇ ਕਰਕੇ ਮੈਂ ਭੂਈ ਜੀ ਨੂੰ, ਹਾਂ ਇਸ ਕਰਕੇ ਮਤਲਬ ਮਾਸੀ ਨੂੰ ਭੂਈ ਗਈ ਮੇਰੇ, ਮੈਂ ਵੈਸੇ ਇਹਦੀ ਮਾਸੀ ਲੱਗਦੀ ਹਾਂ ਕਿਉਂਕਿ ਮੈਂ ਵਿੱਕੀ ਦੀ ਮਾਸੀ ਹਾਂ ਤੇ ਇਹਦੀ ਵੀ ਮਾਸੀ ਲੱਗਣਾ, ਪਰ ਇਹ ਮੈਨੂੰ ਫਿਰ ਭੂਈ ਜੀ ਕਹਿੰਦੀ ਕਿਉਂਕਿ ਸ਼ੁਰੂ ਤੋਂ ਹੀ ਮਨੀ ਹੋਣਾ ਦਾ ਕਰਕੇ ਮੈਨੂੰ ਭੂਈ ਜੀ ਕਹਿੰਦੀ ਰਹੀ ਆ, ਤੇ ਉਹੀ ਹੁਣ ਮੂੰਹ ਤੇ ਚੜਿਆ ਹੋਇਆ ਆ, ਤੇ ਉਹਦਾ ਕਰਕੇ ਫਿਰ ਅਸੀਂ ਚਾਰੇ ਜਾਣੇ ਬਚਪਨ 'ਚ ਮੈਨੂੰ ਇੰਨਾ ਯਾਦ ਹੈ ਕਿ ਪੜ੍ਹੇ ਇਕੱਠੇ ਹੀ ਆ ਇੱਕੋ ਸਕੂਲੇ, ਪਰ ਮੈਨੂੰ ਤੇ ਮਣੀ ਨੂੰ ਜਿਹੜੇ ਸਕੂਲ ਇਹਨਾਂ ਨੇ ਫਸਟ ਟਾਈਮ ਪਾਇਆ ਅਸੀਂ ਦੋਵਾਂ ਨੇ ਸਲਾਹ ਕੀਤੀ, ਉਹ ਤੋਂ ਪਹਿਲਾਂ ਇੱਕ ਸਕੂਲ ਪੈਂਦਾ ਹੁੰਦਾ ਸੀ, ਅਸੀਂ ਉਹ ਸਕੂਲੇ ਜਾਣਾ ਚਾਲੂ ਕਰਤਾ ਜਿਹੜੇ ਸਕੂਲੇ ਪਾਇਆ ਅਸੀਂ ਆਪਣੀ ਮਰਜ਼ੀ ਨਾਲ ਸਕੂਲ ਚੇਂਜ ਕਰ ਲਿਆ। ਹੁਣ ਬਾਅਦ 'ਚ ਜਿਹੜੇ ਸਕੂਲੇ ਪਾਇਆ ਸੀ ਨਾ ਉਹ ਇੱਦਾਂ ਹੀ ਮਤਲਬ ਕਿ ਮਾਸੀ ਜੀ ਦੀਆਂ ਸਹੇਲੀਆਂ। ਚਲੋ ਫਿਰ ਹੁਣ ਇੱਕ ਚੀਜ਼ ਹੋਰ ਦੱਸ ਦੋ, ਨਾਨਾ ਜੀ ਨਾਲ ਕਿੰਨਾ ਡਰ ਹੁੰਦਾ ਸੀ? ਨਾਨਾ ਜੀ ਦਾ ਡਰ ਬੜਾ ਸੀਗਾ ਭਰਾਵਾ, ਸਹੀ ਗੱਲ ਆ, ਨਾਨਾ ਜੀ ਦਾ ਦਬਕਾ ਵੀ ਬੜਾ ਸੀ ਤੇ ਡਰ ਵੀ ਬੜਾ। ਨਾਨਾ ਜੀ ਕੋਈ ਡਾਂਗ ਹੀ ਹੁੰਦੀ ਹਮੇਸ਼ਾ ਕੋਕਿਆਂ ਵਾਲੀ, ਨਾਨਾ ਜੀ ਨਾਲ ਪਿਆਰ ਵੀ ਬੜਾ ਸੀ। ਬਾਕੀ ਮੈਂ ਤਾਂ ਸੇਰਾ ਆਪਾਂ ਨਾ ਆਪੇ ਜਾਣ ਕੇ ਗਲਤੀ ਕਰਕੇ ਕੁੱਟ ਖਾ ਲੈਂਦੇ ਨੇ, ਜਦੋਂ ਪੱਠੇ ਲੈਣ ਜਾਣਾ ਨਾ ਕਈ ਵਾਰ ਪੰਡ ਭਾਰੀ ਪਾ ਲੈਣੀ ਤੇ ਪੱਠਿਆਂ ਦੀ ਪੰਡ, ਤੇ ਜਦੋਂ ਚੁੱਕਣ ਲੱਗਣਾ ਤੇ ਨਾਨਾ ਜੀ ਨੇ ਕਹਿਣਾ ਕਿ ਜ਼ੋਰ ਲਾ ਕੇ ਚੁੱਕਿਓ ਤੇ ਚੁਕਾ ਦਿਓ ਮੈਨੂੰ, ਉਹ ਕੀ ਹੋਣਾ ਕਿ ਇੱਕ ਬੰਨੇ ਮੈਂ ਤੇ ਸੇਰੇ ਨੇ ਹੋਣਾ, ਇੱਕ ਬੰਨੇ ਨਾਨਾ ਜੀ ਨੇ, ਜਦੋਂ ਪੰਡ ਚੁੱਕਣੀ ਮੈਂ ਤੇ ਸੇਰੇ ਨੇ ਹੱਸ ਪੈਣਾ, ਜ਼ੋਰ ਲੱਗਣਾ ਨਾ ਅਸੀਂ ਹੱਸ ਪੈਣਾ ਬੱਲੇ ਬੱਲੇ, ਨਾਨਾ ਜੀ ਨੇ ਦਵਾਲੇ ਹੋਏ ਨਾ ਲਾਡੀਆਂ ਮੈਂ ਦੰਦੀਆਂ ਕਢਾਵਾਂ। ਪੰਡ ਵੀ ਨੀ ਨਾ ਅਸਲ ਚ ਉਹ ਚ ਇੰਨੇ ਪੱਠੇ ਪਾਏ ਹੁੰਦੇ ਸੀ, ਉਹਨੂੰ ਕਹਿੰਦੇ ਹੁੰਦੇ ਆਪਾਂ ਬਿੰਡਾ, ਉਹਦਾ ਨਾਂ ਬੜੀ ਤਗੜੀ ਭਰੀ ਮਤਲਬ ਪਾ ਲੈਣੀ ਤੇ ਚਕਾਈ ਨਾ ਜਾਣੀ, ਸਹੀ ਗੱਲ। ਬੜੀਆਂ ਇੱਦਾਂ ਦੀਆਂ ਬਚਪਨ ਦੀਆਂ ਗੱਲਾਂ ਜਿਹੜੀਆਂ ਹੁਣ ਯਾਦ ਕਰੀਦਾ ਆ, ਹੱਸੀਦਾ ਆ, ਤੇ ਜਦੋਂ ਇੱਦਾਂ ਕਿਤੇ ਇਕੱਠੇ ਹੋਈਏ ਤੇ ਫਿਰ ਕਰ ਲਈਦੀਆਂ, ਫਿਰ ਇਕੱਠੇ ਹੋ ਕੇ ਗੱਲਾਂ ਬਾਤਾਂ ਕਰੀਦੀਆਂ ਬਚਪਨ ਦੀਆਂ ਜਿਆਦਾ। ਦਾਦ ਤੇ ਵੱਡੇ ਮਾਮਾ ਜੀ ਦਾ ਵੀ ਬਹੁਤ ਸੀਗਾ, ਬਾਕੀ ਵੱਡੇ ਮਾਮਾ ਜੀ ਦਾ ਡਰ ਬਹੁਤ ਜ਼ਿਆਦਾ ਸੀ ਸਾਰਿਆਂ ਨੂੰ, ਮਨੀ ਦੇ ਪਾਪਾ ਦਾ ਸਿਰਫ, ਉਹ ਸਾਰਿਆਂ ਨੂੰ ਉਹਨਾਂ ਕਿਸੇ ਨੂੰ ਕੁੱਟਿਆ ਮਾਰਿਆ ਨਹੀਂ, ਸਿਰਫ ਦਬਕਾ ਮਾਰਦੇ ਹੁੰਦੇ ਸੀ ਉਹਨਾਂ ਦਾ। ਬਾਕੀ ਚਲੋ ਇਹ ਸਾਡੇ ਬਚਪਨ ਦੀਆਂ ਗੱਲਾਂ, ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਤੁਸੀਂ ਆਪਣੇ ਬਚਪਨ ਦੇ ਵਿੱਚ ਕਿਹੜੀਆਂ ਕਿਹੜੀਆਂ ਯਾਦਾਂ ਤੁਹਾਡੇ ਨਾਲ ਵਾਪਰੀਆਂ, ਤੁਸੀਂ ਵੀ ਵੱਡੇ ਹੋਏ ਸਭ, ਤੇ ਸਾਰੇ ਜਾਣੇ ਕਮੈਂਟ ਕਰਕੇ ਦੱਸਿਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਓਕੇ ਬਾਏ 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 ਕਰ ਦਿਓ ਸਾਰੇ ਜਾਣੇ ਇੱਕ ਵਾਰੀ।